ਇਹ ਸਾਡਾ ਮਿਸ਼ਨ ਹੈ। ਅਤੇ ਅੱਜ ਐਂਬੂਲੈਂਸਿਸ ਸਿਹਤ ਵਿਭਾਗ ਨੂੰ ਦਿੱਤੀਆਂ ਗਈਆਂ, ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਮੈਡੀਕਲ ਸਟਾਫ ਭਰਤੀ ਕੀਤੇ ਜਾਣਗੇ, ਜਿਵੇਂ ਕਿ ਕਰੋਨਾ ਵਾਰੀਅਰ ਜਿਹੜੇ ਸੀਗੇ, ਜਿਨ੍ਹਾਂ ਨੇ ਕਰੋਨਾ ਦੇ ਵਿੱਚ ਕੰਮ ਕੀਤਾ ਸੀਗਾ, ਬਾਅਦ ਦੇ ਵਿੱਚ ਮਿਸ਼ਨ ਫਤਿਹ ਕਹਿ ਕੇ ਉਹਨਾਂ ਨੂੰ ਹਟਾਤਾ ਸੀ, ਛੱਡਤਾ ਸੀ ਉਹਨਾਂ ਨੂੰ, ਅਤੇ ਨਾ ਉਹ ਪ੍ਰਾਈਵੇਟ 'ਚ ਕੰਮ ਕਰਨ ਜੋਗੇ, ਸਰਕਾਰ ਨੇ ਉਹਨਾਂ ਨੂੰ ਕੱਢਤਾ। ਸੋ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਸੀ ਪਿਛਲੇ ਕਈ ਦਿਨਾਂ ਤੋਂ, ਕਾਫੀ ਕੁਛ ਲੀਗਲ ਵੀ ਥੋੜ੍ਹੀਆਂ ਜਿਹੀਆਂ ਹਰਡਲ ਸੀਗੀਆਂ, ਉਹ ਵੀ ਸਾਰੀਆਂ ਦੂਰ ਕਰਕੇ, ਅਤੇ ਅਸੀਂ ਉਹਨਾਂ ਕਰੋਨਾ ਵਾਰੀਅਰਸ ਨੂੰ ਹੀ ਮੈਡੀਕਲ ਸਟਾਫ ਦੇ ਤੌਰ 'ਤੇ, ਕਿਉਂਕਿ ਉਹ ਵੈਲ ਟ੍ਰੇਨਡ ਨੇ, ਉਹ ਤਾਂ ਅੱਜ ਤੁਸੀਂ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦਿਓਗੇ, ਕੱਲ੍ਹ ਨੂੰ ਕੰਮ 'ਤੇ ਆ ਜਾਣਗੇ, ਕੋਈ ਟ੍ਰੇਨਿੰਗ ਦੀ ਲੋੜ ਹੀ ਨਹੀਂ, ਉਹ ਤਾਂ ਪਹਿਲਾਂ ਟ੍ਰੇਨਡ ਨੇ। ਸੋ ਸਾਨੂੰ ਹੁਣ ਜੇ ਹਸਪਤਾਲ ਬਣਾ ਰਹੇ ਹਾਂ ਤਾਂ ਨਵੇਂ ਡਾਕਟਰ ਚਾਹੀਦੇ ਆ, ਫਾਰਮਾਸਿਸਟ ਚਾਹੀਦੇ ਆ, ਨਰਸਿਸ ਚਾਹੀਦੀਆਂ, ਅਤੇ ਮੈਡੀਕਲ ਸਟਾਫ ਚਾਹੀਦਾ। ਜੇ ਸਕੂਲ ਬਣਾਵਾਂਗੇ ਤਾਂ ਟੀਚਰ ਚਾਹੀਦੇ ਆ, ਸਾਨੂੰ ਪੀਅਨ ਚਾਹੀਦੇ ਆ, ਨਾਲ ਕੈਂਪਸ ਮੈਨੇਜਰ ਚਾਹੀਦੇ ਆ, ਕਲੈਰੀਕਲ ਸਟਾਫ ਚਾਹੀਦਾ। ਸੋ ਹੁਣ ਜਿਉਂ ਜਿਉਂ ਡਿਮਾਂਡ ਪੈਦਾ ਹੋਊਗੀ, ਅਸੀਂ ਉਸ ਤਰ੍ਹਾਂ ਦੀਆਂ ਪੋਸਟਾਂ ਵੀ ਕ੍ਰੀਏਟ ਕਰਦੇ ਰਹਾਂਗੇ। ਅਤੇ ਪੁਲਿਸ ਦੇ ਵਿੱਚ, ਜਿਵੇਂ ਪੁਲਿਸ ਦੀ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ 2001 ਦੇ ਵਿੱਚ ਵੀ 80,000 ਨਫਰੀ ਸੀ, ਅੱਜ ਲਗਭਗ 23 ਸਾਲਾਂ ਬਾਅਦ 2024 'ਚ ਵੀ 80,000 ਹੈ। ਨਵੇਂ ਭਰਤੀ ਜੋ ਰਿਟਾਇਰ ਹੁੰਦੇ ਨੇ, 2200 ਦੇ ਨੇੜੇ ਰਿਟਾਇਰ ਹੁੰਦੇ ਆ ਇੱਕ ਸਾਲ 'ਚ, ਉਨੇ ਕਰ ਲੈਂਦੇ ਆ, ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਹੋ ਰਹੀਆਂ। ਔਰ ਸਭ ਤੋਂ ਮੈਂ ਜਦੋਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਆਏ ਸੀ ਹੁਣ ਪਿਛਲੇ ਦਿਨੀ, ਉੱਥੇ ਵੀ ਮੈਂ ਗੱਲ ਉਠਾਈ ਸੀ ਕਿ ਪੰਜਾਬ ਜਿਹੜੀ ਸਟੇਟ ਹੈ, ਬਾਰਡਰ ਸਟੇਟ ਹੈ, 532 ਕਿਲੋਮੀਟਰ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ, 30-35% ਪੁਲਿਸ ਸਾਡੀ BSF ਨਾਲ ਮਿਲ ਕੇ ਕੰਮ ਕਰਦੀ ਹੈ, ਮਤਲਬ ਪੁਲਿਸਿੰਗ ਨਹੀਂ ਕਰਦੀ ਉਹਨਾਂ ਨਾਲ। ਕਦੇ ਡਰੋਨ ਆ ਗਿਆ ਜੀ, ਕਦੇ ਪਠਾਨਕੋਟ 'ਚ ਛੱਕੀ ਦੇਖੇ ਗਏ ਜੀ, ਤਲਾਸ਼ੀਆਂ ਲਓ ਜੀ ਇੱਥੇ, ਹੁਣ ਸਾਰੇ ਪਿੰਡਾਂ ਦੀਆਂ ਖੇਤਾਂ ਦੀਆਂ। ਬਿਹਾਰ ਦੀ ਪੁਲਿਸ ਬਿਹਾਰ ਵਾਸਤੇ ਸਿਰਫ ਬਿਹਾਰ ਦਾ ਕੰਮ ਦੇਖਦੀ, ਯੂਪੀ ਦੀ ਪੁਲਿਸ ਯੂਪੀ ਦਾ ਦੇਖਦੀ, ਪਰ ਪੰਜਾਬ ਦੀ ਪੁਲਿਸ 'ਚੋਂ 30% ਪੁਲਿਸ, 35% ਪੁਲਿਸ ਜਿਹੜੀ ਹੈ 5-7 ਜ਼ਿਲ੍ਹਿਆਂ 'ਚ ਨੈਸ਼ਨਲ ਸਿਕਿਉਰਿਟੀ ਦਾ ਕੰਮ ਕਰ ਰਹੀ ਹੈ। ਅਸੀਂ ਕਿਹਾ ਜੀ ਤਨਖਾਹ ਅਸੀਂ ਦਿੰਦੇ ਹਾਂ, ਕੰਮ ਲੈ ਰਹੇ ਹਾਂ ਪੈਰਾਮਿਲਟਰੀ ਦਾ ਇਹਨਾਂ ਤੋਂ, ਤਾਂ ਫਿਰ ਸਾਨੂੰ ਇਹ ਵੀ ਕੰਪਨਸੇਸ਼ਨ ਦਿਓ। ਪਲੱਸ ਜੇ ਮੈਂ ਕਿਸੇ ਇੰਡਸਟਰੀਸਟ ਨੂੰ ਲੈ ਕੇ ਆਉਣਾ ਪੰਜਾਬ 'ਚ, ਆ ਜਾਂਦਾ ਉਹ ਵੀ ਠੀਕ ਹੈ ਜੀ, ਤੁਸੀਂ ਚੰਗਾ ਵਧੀਆ ਗਵਰਨੈਂਸ ਦੇ ਰਹੇ ਹੋ, ਕੋਈ ਖੱਜਲ ਖੁਆਰੀਆਂ ਨਹੀਂ ਹੈਗੀਆਂ, ਆ ਜਾਂਦੇ ਹਾਂ ਅਸੀਂ ਫੈਕਟਰੀ ਲਾ ਲੈਂਦੇ ਹਾਂ। ਜਦੋਂ ਮੈਂ ਉਹਨੂੰ ਕਹਿਣਾ ਕਿ ਉਹਨੇ ਫੈਕਟਰੀ ਨੂੰ ਵਧਾ ਲਾ, ਵੱਡੀ ਕਰ ਲਾ, ਤਾਂ ਉਹ ਕਹਿੰਦਾ ਮੈਂ ਕਠੂਏ ਜਾਊਂਗਾ ਜਾਂ ਬੱਦੀ ਜਾਊਂਗਾ। ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਤੁਸੀਂ ਟੈਕਸ ਹੈਵਨ ਬਣਾ ਲਿਆ, ਉੱਥੇ ਦਿੱਤੀਆਂ ਛੋਟਾਂ, ਸਾਨੂੰ ਧਾਰਾਂ ਦੇ ਵਿੱਚ ਘੇਰ ਲਿਆ, ਇੱਧਰੋਂ 532 ਕਿਲੋਮੀਟਰ ਤਾਰ ਇੱਧਰ ਹੈ, ਇੱਧਰ ਖਨੌਰੀ ਲੱਗੀ ਹੋਈ ਹੈ, ਇੱਧਰ ਸ਼ੰਭੂ 'ਤੇ ਹੈ, ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਹੁਣ। ਸੋ ਸਾਨੂੰ ਵੀ ਉਹੀ ਛੋਟਾਂ ਦੇ ਦਿਓ ਜਿਹੜੀਆਂ ਇਹਨਾਂ ਉਹਨਾਂ ਨੂੰ ਦਿੱਤੀਆਂ ਨੇ, ਅਸੀਂ ਤਰੱਕੀ ਕਰਕੇ ਦਿਖਾ ਦਾਂਗੇ ਤੁਹਾਨੂੰ। ਪੰਜਾਬੀ ਹਾਂ, ਪੂਰੀ ਦੁਨੀਆ 'ਚ ਕਾਮਯਾਬ ਹਾਂ, ਜਿੱਥੇ ਵੀ ਜਾਈਏ ਕਾਮਯਾਬ ਹੁੰਦੇ ਹਾਂ, ਕਦੇ ਤੁਹਾਨੂੰ ਪੰਜਾਬੀ ਫੇਲ ਪੰਜਾਬੀ ਨਹੀਂ ਮਿਲੂਗਾ, ਸਕਸੈਸਫੁਲ ਪੰਜਾਬੀ ਨੇ, ਪੂਰੀ ਦੁਨੀਆ 'ਚ ਵੱਸਦੇ ਨੇ। ਸੋ ਇਸ ਕਰਕੇ ਬਜਟ ਹੈ ਦੇਸ਼ ਦਾ, ਬਜਟ ਦੇ ਵਿੱਚ ਇੱਕ ਰੁਪਈਆ ਨਹੀਂ, ਰੁਪਈਆ ਤਾਂ ਛੱਡੋ ਨਾ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਹੈ, ਕਿਸੇ ਟ੍ਰੇਨ ਦੇ ਥਰੂ ਹੀ ਨਾ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੋਂ ਵੀ ਜਿਹੜੀ ਹੈ ਉਹਦਾ ਟਾਈਮ ਬਦਲ ਰਹੇ ਹਾਂ, ਜਿਹੜੀ ਕਿ ਵਾਇਆ ਪੰਜਾਬ ਜਾ ਰਹੀ, ਚਲ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ, ਪੰਜਾਬ ਦਾ ਨਾਂ ਹੀ ਹੈ ਨਹੀਂ ਵਿੱਚ। ਇੱਕ ਉਹ ਸਟੇਟ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ, ਔਰ ਜਿਹੜਾ ਆਜ਼ਾਦੀ ਕਾਇਮ ਰੱਖਣ ਵਾਸਤੇ ਅੱਜ ਫਿਰ ਹੱਦਾਂ 'ਤੇ ਖੜਾ ਹੈ, ਹਰ ਰੋਜ਼ ਤਿਰੰਗੇ 'ਚ ਲਿਪਟ ਕੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ, ਅਤੇ ਉਹਨੂੰ ਤੁਸੀਂ ਇੱਕ ਰੁਪਈਆ ਨਹੀਂ ਦੇ ਰਹੇ, ਉਹਦਾ ਨਾਂ ਨਹੀਂ ਲੈ ਰਹੇ, ਉਹਦੀਆਂ ਝਾਕੀਆਂ ਜਿਹੜੀਆਂ 26 ਜਨਵਰੀ ਦੇ ਪਰੇਡ 'ਚੋਂ ਕੱਢ ਦਿੰਦੇ ਹੋ, ਰਿਜੈਕਟ ਕਰ ਦਿੰਦੇ ਹੋ, ਅਤੇ ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈਗਾ। ਤੁਸੀਂ ਸਾਨੂੰ ਕੰਮ ਦੇ ਕੇ ਦੇਖੋ, ਸਾਡੇ ਤੋਂ ਕਰਵਾ ਕੇ ਦੇਖੋ ਕੀ ਕੰਮ ਕਰਵਾਉਣਾ। ਜਦੋਂ ਕਿਹਾ ਸੀਗਾ ਕਿ ਅੰਨ ਦੇ ਭੰਡਾਰ ਭਰਨੇ ਨੇ, ਤਾਂ ਪੰਜਾਬੀਆਂ ਨੇ ਜਿਹੜੇ ਸਟੋਰ ਛੋਟੇ ਪੈ ਗਏ, ਪੰਜਾਬੀਆਂ ਨੇ ਜਿੰਨੀ ਮਿਹਨਤ ਕਰਕੇ, ਹਰੀ ਕ੍ਰਾਂਤੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ। ਹਰੀ ਕ੍ਰਾਂਤੀ ਸਾਨੂੰ ਮਹਿੰਗੀ ਪੈ ਗਈ ਜੀ, 700-700 ਫੁੱਟ 'ਤੇ ਸਾਡਾ ਪਾਣੀ ਚਲਾ ਗਿਆ ਜੀ। ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਸਾਹਮਣਾ ਕਰਨਾ ਪੈ ਰਿਹਾ, ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਸਾਹਮਣਾ ਕਰਨਾ ਪੈ ਰਿਹਾ ਉਸ ਸਟੇਟ ਨੂੰ ਜਿਹਦਾ ਨਾਂ ਪਾਣੀਆਂ 'ਤੇ ਹੈ, ਪੰਜ ਪਾਣੀ।
ਔਰ ਉਹਦੇ 'ਚ ਵੀ ਹਿੱਸਾ ਮੰਗੀ ਜਾਂਦੇ, ਰੌਲਾ ਪਾਈ ਜਾਂਦੇ ਹੋ, ਆਹ ਦਿਓ ਜੀ ਸਾਨੂੰ, ਉਹ ਦਿਓ। ਸੋ ਇਸ ਕਰਕੇ ਪੰਜਾਬ ਦਾ ਪੱਖ ਜਿੱਥੇ ਵੀ ਰੱਖਣਾ ਪਿਆ ਮੈਂ ਦਲੇਰੀ ਨਾਲ ਖੁੱਲ੍ਹ ਕੇ ਰੱਖਦਾ, ਔਰ ਕਿਉਂਕਿ ਮੈਂ ਕੱਲ੍ਹ ਹੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ, ਮਾਲਵਾ ਨਹਿਰ ਬਣੂਗੀ 149 ਕਿਲੋਮੀਟਰ ਲੰਬੀ, ਹਰੀਕੇ ਤੋਂ ਜਾਊਗੀ ਬਿਲਕੁਲ ਰਸਤਾ ਦੇ ਉਹ ਮਿੱਡੂ ਖੇੜਾ ਮਾਣੀ ਖੇੜਾ ਉਹਦੇ ਪਿੰਡਾਂ ਤੱਕ ਜਾ ਕੇ ਐਂਡ ਹੋਊਗਾ। 50 ਫੁੱਟ ਉੱਪਰੋਂ ਚੜ੍ਹਾਈ, 12 ਫੁੱਟ ਡੰਘਾਈ, 2500 ਕਿਊਸਿਕ ਪਾਣੀ ਜਾਊਗਾ, ਲਗਭਗ 525 ਮੋਗੇ ਹੋਣਗੇ, 521 ਮੋਗੇ, 2 ਲੱਖ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਜੀ। ਇਹ ਗੱਲ ਇਹਨਾਂ ਨੇ 30-40 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ, ਪਤਾ ਨਹੀਂ ਕਿਉਂ ਨਹੀਂ ਸੋਚੀ, ਪਰ ਕਿਉਂ ਸੋਚਣ, ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੋਣ ਉਹਨਾਂ ਨੇ ਮੋਗਿਆਂ ਤੋਂ ਕੀ ਲੈਣਾ ਜੀ। ਇਹ ਤਾਂ ਫਿਰ ਮੋਗਿਆਂ ਵਾਲੇ ਜਾਣ ਸਕਦਾ ਨਾ, ਜਿਹੜਾ ਇੱਕ ਇੱਕ ਮਿੰਟ ਵਾਸਤੇ ਉੱਥੇ ਖੜ੍ਹਾ ਹੁੰਦਾ ਕਿ ਇੱਕ ਮਿੰਟ ਮੇਰਾ ਬਦਲਣਾ ਜਾਵੇ ਜਾਂ ਇੱਕ ਮਿੰਟ ਮੇਰਾ ਘੱਟਣਾ ਜਾਵੇ ਪਾਣੀ ਦਾ, ਇਹ ਤਾਂ ਉਹਨੂੰ ਦਰਦ ਦਾ ਪਤਾ ਹੋ ਸਕਦਾ ਨਾ। ਸੋ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਉਹਨਾਂ ਨੇ ਕੀ ਲੈਣਾ ਮੋਗਿਆਂ ਤੋਂ। ਸੋ ਅਸੀਂ ਆਏ ਥੱਲੋਂ, ਅਸੀਂ ਤਾਂ ਮੋਗਿਆਂ ਵਾਲੇ ਹਾਂ ਜੀ। ਸੋ ਕੱਸੀਆਂ ਰਜਵਾਹੇ ਰਿਵਾਈਵ ਕਰ ਰਹੇ ਹਾਂ, ਪੰਜਾਬ ਆਪਣਾ ਪਾਣੀ ਬਿਲਕੁਲ ਵਧੀਆ ਤਰੀਕੇ ਨਾਲ ਵਰਤ, ਜਦੋਂ ਮੈਂ ਸੌਂ ਚੁੱਕੀ ਸੀ 21% ਪਾਣੀ ਯੂਜ਼ ਕਰ ਰਹੇ ਸੀ, ਅੱਜ 70 'ਤੇ ਪਹੁੰਚਿਆ ਜੀ ਸਿਰਫ, ਜਦੋਂ 90 'ਤੇ ਪਹੁੰਚ ਗਏ ਕਿੰਨੇ ਟਿਊਬਵੈੱਲ ਬੰਦ ਹੋ ਜਾਣਗੇ, ਟਿਊਬਵੈੱਲ ਬੰਦ ਹੋਣਾ ਥੱਲੋਂ ਪਰ ਧਰਤੀ 'ਚੋਂ ਪਾਣੀ ਬਚੂਗਾ, ਪਾਣੀ ਉੱਪਰ ਆਊਗਾ, ਪਾਣੀ ਦਾ ਟੇਬਲ, ਬਿਜਲੀ ਬਚੂਗੀ। ਇਹ ਗੱਲਾਂ ਤਾਂ ਕਦੇ ਸੋਚੀਆਂ ਨਹੀਂ, ਕਿਉਂਕਿ ਦਰੱਖਤਾਂ ਦੀਆਂ ਅਤੇ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ। ਤੁਸੀਂ ਐਂ ਕਰੋ, ਦਰੱਖਤਾਂ ਦੀਆਂ ਵੋਟਾਂ ਬਣਾ ਦਿਉ, ਹਰੇਕ ਟਾਹਲੀ ਨੂੰ ਹਰੇਕ ਇੱਕਰ ਨੂੰ ਕੋਈ ਨਾ ਕੋਈ ਲੀਡਰ ਚਿੰਬੜਿਆ ਮੈਂ ਦਿਖਾਊਂਗਾ ਵੀ, ਉਹਨੂੰ ਐਂ ਕਹਿੰਦੇ ਵੀ ਤੇਰੇ ਨਾਲ ਤਾਂ ਬਹੁਤ ਪੁਰਾਣਾ ਰਿਸ਼ਤਾ, ਮੇਰਾ ਪੜਦਾਦਾ ਤੇਰੇ ਤੁੱਕਿਆਂ ਦਾ ਚਾਰ ਪਾਉਂਦਾ ਰਿਹਾ, ਕਿੱਕਰ ਕਿੱਕਰ ਤੂੰ ਜੱਫੀ ਪਾ ਲੈਣਗੇ ਕਿ ਜੇ ਵੋਟਾਂ ਹੋਣ ਇਹਨਾਂ ਦੀਆਂ ਦਰੱਖਤਾਂ ਦੀਆਂ। ਇੱਦਾਂ ਹੀ ਨਹਿਰਾਂ ਕੱਸੀਆਂ 'ਚ ਨਹਾਉਂਦੇ ਦਿਖਾਊਂਗਾ ਇਹਨਾਂ ਨੂੰ ਮੈਂ ਵੀ, ਮੇਰਾ ਦਾਦਾ ਵੀ ਇੱਥੇ ਨਹਾਉਂਦਾ ਰਿਹਾ ਬਸ ਵੋਟਾਂ ਪਾ ਦੇ, ਪਰ ਕਿਉਂਕਿ ਦਰੱਖਤਾਂ ਦੀਆਂ ਅਤੇ ਨਹਿਰਾਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ, ਤਾਂ ਕਰਕੇ ਮੁੱਦਾ ਨਹੀਂ ਹੈਗਾ। ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਜੇ ਪੰਜਾਬ ਦੇ ਵਿੱਚ, ਮੈਨੂੰ ਇੰਨਾ ਵੱਡਾ ਮਾਣ ਲੋਕਾਂ ਨੇ ਦਿੱਤਾ, ਤਾਂ ਮੈਂ ਇਹ ਚੀਜ਼ਾਂ ਘੱਟੋ ਘੱਟ ਬਚਾਵਾਂ ਵੀ ਅਤੇ ਇਹਨਾਂ ਨੂੰ ਲੋਕ ਲਹਿਰ ਵੀ ਬਣਾਵਾਂ ਕਿ ਆਪਾਂ ਇਕੱਠੇ ਹੋ ਕੇ ਦਰੱਖਤ ਲਾਈਏ, ਆਪਾਂ ਆਪਣੇ ਪਾਣੀ ਦੀ ਸਾਂਭ ਸੰਭਾਲ ਕਰੀਏ, ਠੀਕ ਹੈ ਨਾ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਾਂਭੇ ਦੇਣਗੀਆਂ ਕਿ ਤੁਸੀਂ ਉਦੋਂ ਕੀ ਕਰਦੇ ਰਹੇ। ਸੋ ਮੈਨੂੰ ਉਮੀਦ ਹੈ ਕਿ ਹੈਲਥ, ਐਜੂਕੇਸ਼ਨ, ਇਨਵਾਇਰਮੈਂਟ, ਸਪੋਰਟਸ ਔਰ ਰੁਜ਼ਗਾਰ, ਇਹਨਾਂ 5-7 ਜਿਹੜੇ ਮੇਨ ਵੱਡੇ ਮੁੱਦੇ ਨੇ, ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਉਣਾ ਅੱਗੇ, ਤਾਂਹੀਓ ਪੰਜਾਬ ਅੱਗੇ ਵਧੂਗਾ। ਔਰ ਪੰਜਾਬ ਰੰਗਲੇ ਪੰਜਾਬ ਦੇ ਹਲਕੇ ਹਲਕੇ ਰੰਗ ਤਾਂ ਨਜ਼ਰ ਵੀ ਆਉਣ ਲੱਗ ਗਏ ਕਿ ਹਾਂ ਕੁਛ ਹੋ ਰਿਹਾ, ਹਾਂ 43,000 ਨੌਕਰੀਆਂ ਮਿਲ ਗਈਆਂ, ਨਹਿਰ ਕੱਢੀ ਜਾ ਰਹੀ ਹੈ, ਥਰਮਲ ਪਲਾਂਟ ਖਰੀਦ ਲਿਆ, ਬਿਜਲੀ ਵਾਲੇ ਪਾਸਿਓਂ ਨਿਰਭਰ ਹਾਂ, ਕੋਲੇ ਵਾਲੇ ਪਾਸਿਓਂ ਨਿਰਭਰ ਹੋ ਗਏ, ਅਤੇ ਖੇਡਾਂ ਦੇ ਵਿੱਚ ਸਾਡੇ ਨੌਜਵਾਨ ਮੱਲਾਂ ਮਾਰ ਰਹੇ ਨੇ, ਓਲੰਪਿਕ 'ਚ ਗਏ ਹੋਏ ਨੇ। ਸੋ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਕਿ ਅਸੀਂ ਤਾਂ ਦੇਖੋ ਓਲੰਪਿਕ ਦੀ ਤਿਆਰੀ ਵਾਸਤੇ ਜਿਹੜੇ ਪਲੇਅਰ ਸੀਗੇ ਅਸੀਂ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ 8-8 ਲੱਖ ਰੁਪਇਆ, ਕਿ ਘੱਟੋ ਘੱਟ ਉਹ ਸ਼ੂ ਤਾਂ ਖਰੀਦੋ ਨਾ ਜਿਹੜੇ ਉੱਥੇ ਪਾ ਕੇ ਭੱਜਣੇ ਨੇ। ਇੱਥੇ ਤਾਂ ਨੰਗੇ ਪੈਰੀ ਸੂਏ ਦੀਆਂ ਪਟੜੀਆਂ 'ਤੇ ਪ੍ਰੈਕਟਿਸ ਕਰਦੇ ਮੈਂ ਦੇਖਿਆ, ਫਿਰ ਉੱਥੇ ਜਦੋਂ ਜਾਂਦੇ ਆ ਉਹ ਟਰੈਕ ਸਿੰਥੈਟਿਕ ਟਰੈਕ ਆ, ਉੱਥੇ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ। ਇੱਥੇ ਪਹਿਲਵਾਨ ਮਿੱਟੀ 'ਤੇ ਪ੍ਰੈਕਟਿਸ ਕਰਦੇ ਆ, ਉੱਥੇ ਗੱਦੇ ਨੇ, ਪਹਿਲਾਂ ਇੱਥੇ ਗੱਦੇ ਤਾਂ ਲੈ ਕੇ ਦੇ ਦੇ ਨਾ ਉਹਨਾਂ ਨੂੰ ਉਸ ਲੈਵਲ ਦੇ, ਓਲੰਪਿਕ ਲੈਵਲ ਦੇ, ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਗ੍ਰਿਪ ਬਣਾਉਣ 'ਚ ਕੋਈ ਹੋਰ। ਬਾਅਦ 'ਚ ਤਾਂ ਕੋਈ ਵੀ ਜਦੋਂ ਮੈਂ ਮੈਡਲ ਜਿੱਤ ਜਾਂਦਾ ਤਾਂ ਕੋਈ ਵੀ ਦਿੰਦਾ ਪੈਸੇ, ਮੈਡਲ ਜਿੱਤਣ ਯੋਗੇ ਤਾਂ ਬਣਾਈਏ ਨਾ। ਸੋ 19 ਪਲੇਅਰ ਆਪਣੇ ਓਲੰਪਿਕਸ ਦੇ ਵਿੱਚ ਗਏ ਹੋਏ ਨੇ, ਅਤੇ ਵੱਡੀ ਮੱਲਾਂ ਮੈਨੂੰ ਉਮੀਦ ਹੈ ਕਿ ਮਾਰ ਕੇ ਆਉਣਗੇ। ਹਾਕੀ ਟੀਮ ਨੇ ਕੱਲ੍ਹ ਆਪਣਾ ਮੈਚ ਜਿੱਤਿਆ, ਵਧਾਈਆਂ ਦੇਣਾ ਚਾਹੁੰਦਾ ਮੈਂ, ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਧੀਆ ਖੁਸ਼ਖਬਰੀਆਂ ਉੱਥੋਂ ਆਉਣਗੀਆਂ, ਅਤੇ ਉਹਦੇ ਨਾਲ ਚਿਣਕ ਲੱਗੂ ਬੱਚਿਆਂ ਨੂੰ, ਬੱਚੇ ਗਰਾਊਂਡਾਂ ਨੂੰ ਜਾਣਗੇ, ਬੱਚੇ ਗਰਾਊਂਡ ਜਾਣਗੇ ਸਰੀਰ ਨਾਲ ਪਿਆਰ ਹੋਊਗਾ,
ਅਤੇ ਆ ਡਰੱਗ ਡਰੁੱਗ ਜਾਂ ਜਿਹੜੀਆਂ ਹੋਰ ਬੁਰੀਆਂ ਸੰਗਤਾਂ ਇਹਨਾਂ ਤੋਂ ਬਚਣਗੇ। ਸੋ ਇਹ ਚੇਨ ਹੈ, ਸੋ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ। ਤੁਹਾਡਾ ਧੰਨਵਾਦ ਕਿ ਤੁਸੀਂ ਬਹੁਤ ਛੋਟੇ ਸੱਦੇ 'ਤੇ ਇੱਥੇ ਪਹੁੰਚੋ, ਅਤੇ ਕੋਈ ਸਵਾਲ ਤੁਹਾਡਾ ਹੋਵੇ ਤਾਂ ਦੱਸ ਦਿਓ। ਨਹੀਂ ਬਿਲਕੁਲ, ਦੇਖੋ ਪੁਰਾਣੀਆਂ ਬਿਲਡਿੰਗਾਂ ਨੇ, ਜਿਵੇਂ ਹੈਰੀਟੇਜ ਬਿਲਡਿੰਗ ਹੈ ਰਜਿੰਦਰਾ ਦੀ ਜਾਂ ਮੈਡੀਕਲ ਕਾਲਜ ਦੀ, ਤਾਂ ਉਹਦੇ 'ਚ ਹੁਣ ਇੰਨਾ ਜ਼ਿਆਦਾ ਪੁਰਾਣੀਆਂ ਹੋ ਗਈਆਂ ਕਿ ਇੱਧਰੋਂ ਇੰਨਾ ਜ਼ਿਆਦਾ ਰਸ਼ ਵੱਧ ਗਿਆ, ਲੋਡ ਵੱਧ ਗਿਆ ਕਿ ਡਾਕਟਰ ਵੀ ਘੱਟ ਪੈ ਰਹੇ ਨੇ। ਮਤਲਬ ਈਵਨ ਪੀ ਜੀ ਆਈ ਦੇ ਵਿੱਚ ਤਾਂ ਤੁਸੀਂ ਦੇਖ ਲਓ ਕਿ ਫੁੱਟਪਾਥ 'ਤੇ ਵੀ ਜਗ੍ਹਾ ਨਹੀਂ ਮਿਲਦੀ, 4-5 ਸਟੇਟਾਂ ਨੂੰ ਇੱਕੋ ਪੀ ਜੀ ਆਈ ਜਿਹੜੀ ਆ ਉਹ ਅਟੈਂਡ ਕਰ ਰਹੀ ਹੈ। ਤੋ ਅਸੀਂ ਹੁਣ ਪੀ ਜੀ ਆਈ ਸੰਗਰੂਰ ਉਹ ਚੱਲਣ ਦੇ ਨੇੜੇ ਆ, ਬਸ ਹੈਲਥ ਡਿਪਾਰਟਮੈਂਟ ਨੇ ਅਪੁਆਇੰਟਮੈਂਟਸ ਕਰਨੀਆਂ ਨੇ ਉੱਥੇ, ਫਿਰ ਇੱਕ ਏਮਸ ਬਠਿੰਡੇ, ਮੈਡੀਕਲ ਕਾਲਜ 3 ਮੈਡੀਕਲ ਕਾਲਜ ਹੁਸ਼ਿਆਰਪੁਰ, ਕਪੂਰਥਲਾ ਅਤੇ ਸੰਗਰੂਰ ਵਾਲਾ, ਉਹ ਮੈਡੀਕਲ ਕਾਲਜ ਜਿਹੜੇ ਨੇ ਉਹ ਲਾਈਨ ਦੇ ਵਿੱਚ ਆ ਗਏ। ਮੈਡੀਕਲ ਕਾਲਜ ਦਾ ਇਹ ਫਾਇਦਾ ਹੋ ਜਾਂਦਾ ਕਿ ਜਿੱਥੇ 50 MBBS ਦੀਆਂ ਸੀਟਾਂ ਦਾ ਹੋਸਪਿਟਲ ਆਪਣਾ ਕਾਲਜ ਬਣਾਉਣਾ ਤਾਂ ਤੁਹਾਨੂੰ 220 ਬੈੱਡ ਦਾ ਹੋਸਪਿਟਲ ਬਣਾਉਣਾ ਪੈਂਦਾ ਉੱਥੇ ਉਹ ਸ਼ਹਿਰ 'ਚ। ਇਹ ਕਲੋਜ਼ ਹੈ, ਜੇ 100 ਦਾ ਕਰੋਗੇ ਤਾਂ 440, 100 ਸੀਟਾਂ ਦਾ। ਸੋ ਅਸੀਂ ਹਸਪਤਾਲਾਂ ਨੂੰ ਅਪਗ੍ਰੇਡ ਕਰਾਂਗੇ, ਨਰਸਿੰਗ ਕਾਲਜ ਖੁੱਲ੍ਹਣਗੇ, ਨਾਲ ਉਸ ਮੈਡੀਕਲ ਕਾਲਜ ਦੇ ਵਿੱਚ ਵੀ ਇੱਕ ਹੋਸਪਿਟਲ ਹੋਊਗਾ ਜਿੱਥੇ ਬੱਚੇ ਪ੍ਰੈਕਟਿਸ ਕਰਨਗੇ ਜਾਂ ਬੱਚੇ ਜਿਹੜੇ ਨੇ ਪੜ੍ਹਾਈ ਕਰਨਗੇ। ਸੋ ਪੁਰਾਣਾ ਸਿਸਟਮ ਜਿਹੜਾ ਬਦਲ ਰਹੇ ਹਾਂ, ਜਿਹੜੇ ਹੁਣ ਤੁਹਾਨੂੰ ਨਵੇਂ ਨਕਸ਼ੇ ਦਿਖਾਵਾਂਗੇ ਅਸੀਂ, ਉਹ ਅਸੀਂ 2050 ਵਾਸਤੇ ਨਕਸ਼ੇ ਬਣਾ ਰਹੇ ਹਾਂ ਕਿ 2050 ਤੱਕ ਕੋਈ ਪਾਰਕਿੰਗ ਦੀ ਪ੍ਰੋਬਲਮ ਨਾ ਆਵੇ, ਕੋਈ ਦਿੱਕਤ ਨਾ ਆਵੇ, ਕੋਈ ਇੱਦਾਂ ਦੀ ਹੋਣੀ। ਬਿਲਕੁਲ ਲੇਟੈਸਟ ਡਿਜ਼ਾਇਨ ਹੋਊਗਾ ਅਤੇ ਸਾਰਾ ਕੁਝ, ਜਿਵੇਂ ਆਪਾਂ ਕਹਿੰਦੇ ਕਿ ਲਾਈਟ ਚਲੀ ਗਈ ਜਾਂ ਸਾਰੀਆਂ ਜਿਹੜੀਆਂ ਪਾਈਪਾਂ ਜਾਂ ਆਕਸੀਜਨ ਜਾਂ ਸਭ ਕੁਝ ਜਿਹੜਾ ਉਹ ਜੋ ਅੱਜ ਦੁਨੀਆ 'ਚ ਬੈਸਟ ਅਵੇਲੇਬਲ ਹੈ ਉਹ ਅਸੀਂ ਲਾਵਾਂਗੇ। ਜਿਵੇਂ ਆਹ ਬਣਾਇਆ ਆਹ ਜਿਹੜਾ ਪਹਿਲਾਂ ਆਪਾਂ ਨੂੰ ਉੱਥੇ ਖੜ ਕੇ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਸੀ, ਹੁਣ ਇੱਥੇ ਬੈਠੇ ਹਾਂ, ਕੋਈ ਦਿੱਕਤ ਨਹੀਂ, ਕੋਈ ਮੂਹਰੇ ਕੈਮਰਾ ਨਹੀਂ, ਤੁਹਾਡੇ ਕੈਮਰੇ ਵਾਲਿਆਂ ਨੂੰ ਅਲੱਗ ਅਸੀਂ ਕਨੈਕਸ਼ਨ ਦਿੱਤੇ ਹੋਏ ਨੇ, ਸਾਊਂਡ ਜਿਹੜਾ ਉਹ ਇਸ ਤਰ੍ਹਾਂ ਦਾ, ਸਾਰੀਆਂ ਪਾਈਪਾਂ ਸਾਰਾ ਤਾਰਾਂ ਅੰਦਰ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਫਿਊਚਰ ਵਾਸਤੇ ਅਸੀਂ ਬਿਲਡਿੰਗਾਂ ਬਣਾਈਏ, ਚਾਹੇ ਕੋਈ ਹੋਸਪਿਟਲ ਬਣਾਉਣਾ ਚਾਹੇ ਕਾਲਜ ਬਣਾਉਣਾ। ਸੋ ਆਉਣ ਵਾਲੇ ਦਿਨਾਂ 'ਚ ਇਹ ਜਿਹੜੇ ਮਸਲੇ ਹੱਲ ਹੋ ਜਾਣਗੇ। ਬਾਜਵਾ ਸਾਹਿਬ।